पानी चने ए हन पिंड नमोल दे चार डंगर व्यापारी जिन्हां दा मकसद आ सिर्फ एक दूजे दा सौदा खराब करना। पार्टी नंबर एक बिंदर ते जग्गा इन्हां दा कम आ साई ला के मुकरना डंगर कोई लैणा नहीं। ओ पाए नहीं लैंदे हट परां खाण वाले लंबे ने आ जा होर चल परां। ਇਹ ਆ ਪਾਰਟੀ ਨੰਬਰ 2 ਚਾਚਾ ਅੜੀ ਜੰਗ ਤੇ ਮੱਦੀ ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਆ ਪਾਰਟੀ ਨੰਬਰ 1 ਤੋਂ ਉੱਤੋਂ ਦੀ ਹੋ ਕੇ ਰੇਟ ਲਾਉਣਾ ਤੇ ਸੌਦਾ ਖਰਾਬ ਕਰਨਾ ਲੈਣਾ ਕਰਨਾ ਇਹਨਾਂ ਨੇ ਵੀ ਕੁਛ ਨਹੀਂ। ਕਿੰਨਾ ਲਾ ਕੇ ਜੱਗੇ ਹੋਰੀ ਲੱਖ ਕਹਿੰਦੇ ਨੇ ਤਾਂ ਆਪਾਂ ਇੱਕ 10 ਲਾ ਦੇ ਉੱਤੋਂ ਦੀ ਆਪਾਂ ਨੇ ਕਿਹੜਾ ਲੈਣੀ ਆ। ਐਵੇਂ ਦੇਖੋ ਰੇ ਮੰਡੀ 'ਤੇ ਆਏ ਹੋਏ ਹਾਂ ਮਾਲ ਲੈਣ, ਹੈਂ ਇਹਨਾਂ ਨੂੰ ਸਮਝਾ ਦੇ ਜਿਹੜੇ ਡੰਗਰ 'ਤੇ ਅਸੀਂ ਪੈਸੇ ਲਾ ਤੇ ਉੱਤੋਂ ਉਹਦੀ ਨਹੀਂ ਲਾਉਣੀ, ਅਸੀਂ ਇਹਨਾਂ 'ਤੇ ਨਹੀਂ ਲਾਉਂਦੇ। ਅੱਛਾ ਇਹਨਾਂ ਨਾਲ ਗੱਲ ਕਰ ਲਾ। ਕਰਦਾ ਮੈਂ ਗੱਲ। ਹਾਂ ਇਹ ਤਾਂ ਮੈਂ ਕਰ ਲੂੰਗਾ, ਕੋਈ ਗੱਲ ਨਹੀਂ। ਕਿਉਂ ਚਾਚਾ ਤੂੰ ਤਾਂ ਨਹੀਂ ਕੁਛ ਕਹਿਣਾ? ਮੈਂ ਤੈਨੂੰ ਇਹ ਕਹਿਣਾ ਵੀ ਦੇਖ ਕੇ ਇਹਨਾਂ ਨਾਲ ਚੁਗਲੀ ਕਰੀ ਗੱਲ। ਨਾ ਨਾ ਠੀਕ ਆ, ਮਾਲ ਉਰੇ ਪੂਰਾ ਆਇਆ ਹੋਇਆ ਮੰਡੀ 'ਤੇ। ਓਏ ਪਿੰਡ ਦਾ ਮਸਲਾ ਆਪਾਂ ਐਂ ਨਹੀਂ ਕਰਨ ਦਿੰਦੇ, ਠੀਕ ਆ? ਪਿੰਡੋ ਕੱਠੇ ਆਏਗੇ ਪਊਆ ਲਾ ਕੇ ਤੁਹਾਡੇ ਚ ਹੋ ਜਿਹੜੇ ਪਸ਼ੂ ਦਾ ਅਸੀਂ ਸੌਦਾ ਕਰਦੇ ਆ ਜਾਣ ਕੇ ਆ ਕੇ ਰੇਟ ਚੱਕ ਦਿੰਦੇ ਨੇ। ਅੱਜ ਮੈਂ ਵੇਚਾਂਗਾ ਇਹ ਕੰਮ ਨਹੀਂ ਕਰਨ ਦਿੰਦਾ ਹੈਗਾ, ਗੱਲ ਹੁਣ ਹੀ ਕਰਦਾ ਮੈਂ ਗੱਲ ਠੋਕ ਗੱਲ ਐ ਆ। ਤੁਸੀਂ ਸਿੱਧਾ ਤਾਂ ਉਹਨਾਂ ਨਾਲ ਗੱਲ ਇਹ ਕਰ ਨਹੀਂ ਸਕਦੇ, ਵੇਚਾਂ ਮੈਂ ਆ ਜਾਓ ਆਪਾਂ ਨਹੀਂ ਆ ਜਾਓ ਇਕੱਠੀ ਗੱਲ ਕਰ ਆਪਾਂ ਗੱਲ ਮੂੰਹ ਤੇ ਕਰ ਦਿੰਦੇ ਆ। ਉਹ ਚਾਚਾ ਕਿਵੇਂ ਉਰਿਆ 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 ਗੱਲ ਐ ਆ ਗੀ ਉਰਾ ਹੋ ਜਾ ਤੂੰ ਇੱਕੋ ਪਿੰਡ ਦੇ ਆਪਾਂ ਰਹਿਣ ਵਾਲੇ ਆਂਗੇ, ਠੀਕ ਹੈ? ਇੱਕ ਦੂਜੇ ਦਾ ਐਵੇਂ ਸਿਰ ਪਾੜੋਂਗੇ ਨਿੱਕੀ ਨਿੱਕੀ ਗੱਲ ਜੇ ਹੋ ਜੇ ਤੁਸੀਂ ਇਹਨਾਂ ਦੇ ਉੱਤੋਂ ਨਹੀਂ ਖਰੀਦਣਾ, ਠੀਕ ਹੈ? ਇਹ ਤੁਹਾਡੇ ਉੱਤੋਂ ਨਹੀਂ ਖਰੀਦਦੇ। ਮੈਂ ਕੁੜੀ ਦੀ ਸੌਂ ਖਾਣਾ ਸੀ ਤਾਂ ਕਦੇ ਰੁਪਇਆ ਬਦਲ ਲਾਇਆ ਨਹੀਂ। ਮੈਂ ਨਮੋਲ ਝੂਟੀ ਚੋ ਕੇ ਆਇਆ, ਲਾਣੇਦਾਰ ਦਾ ਕੀ ਹੱਕ ਝੂਟੀ? ਇਹ ਉੱਤੋਂ ਦੀ ਲਾ ਕੇ ਆਇਆ। ਕਿਉਂ ਓਏ? ਮੈਂ 6 ਵਜੇ ਝੂਟੀ ਚੋ ਕੇ ਆਇਆ। ਕਦੋਂ ਦੀ ਗੱਲ ਹੈ? 7 ਵਜੇ ਜਾ ਖੜਿਆ ਉਹਨਾਂ ਦੇ ਚੌਥੇ ਦੀ। ਚੌਥੇ ਦੀ ਗੱਲ ਹੈ, ਪਹਿਲਾਂ ਮੈਂ ਚੋ ਕੇ ਆਇਆ ਸੀ, ਪੁੱਛ ਲਾ ਖੜਾ ਮੂੰਹ ਤੱਕ। ਲੁੱਚੇ ਤਾਂ ਸਾਰੀਆਂ, ਚੱਲ ਜਿਹੜਾ ਕੁਝ ਹੋ ਗਿਆ ਉਹਨੂੰ ਹਵਾ ਗਿਆ। ਐਦੋਂ ਬਾਅਦ ਯਾਰ ਟੈਂਪੂ ਚ ਚੜਾਈ ਹੋਈ, ਬੱਸੀ ਕਿਉਂ ਖਰੀਦੀ ਇਹਨਾਂ ਨੇ ਐਂ ਦੱਸੇ ਪਹਿਲਾਂ? ਕਿਉਂ ਖਰੀਦੀ? ਸਾਡੇ ਦਮਤੀ ਖਰੀਦ ਲਈ। ਐਂ ਤਾਂ ਫਿਰ ਅਸੀਂ ਦਮ ਰੱਖਦੇ, ਤੁਸੀਂ ਦਮ ਰੱਖਦੇ ਨਹੀਂ? ਜੇ ਤਾਂ ਜਰ ਜਦਾਈ ਵਾਲੀ ਗੱਲ ਹੋਵੇ ਫਿਰ ਸਿੱਧਾ ਜਿੱਦਣ ਸਾਡੇ ਨਾਲ ਤੁਹਾਡੇ 'ਚ ਦਮ ਹੈ ਨਹੀਂ ਹੋਏ। ਮੇਰੀ ਗੱਲ ਸੁਣੋ, ਤੁਸੀਂ ਸਾਡੇ ਸ਼ਬਦੇ 'ਚ ਨਾ ਆਇਓ, ਅਸੀਂ ਤੁਹਾਡੇ 'ਚ ਨਹੀਂ। ਸਿਮੇ ਅਸੀਂ ਤਾਂ ਹੁਣ ਪੁਰਾਣੇ ਆ ਗਏ ਹੈ, ਇਹ ਤਾਂ ਯਾਰ ਜੱਗਾ ਚੱਕੀ ਫਿਰਦਾ ਬਿੰਦਰ ਨੂੰ, ਬਿੰਦਰ ਦੇ ਪੈਸੇ ਨੇ। ਓਏ ਯਾਰ ਸਾਨੂੰ ਸਾਰਾ ਪਤਾ, ਸਿਮੇ ਸਾਨੂੰ ਸਾਰਾ ਪਤਾ ਕਿੱਡੇ ਕ ਸੌਦੇ ਵਾਲੇ ਨੇ ਇਹ, ਵੱਧ ਤੋਂ ਵੱਧ ਗਾਈ ਲੈਂਦੇ ਨੇ 30-35 ਹਜ਼ਾਰ। ਮੱਛੀ ਕੱਟੀ ਲੈਣਗੇ ਯਾਰ, ਮੱਛੀ ਕੱਟੀ ਵਾਲੇ ਨੇ ਇਹ, ਕੱਟੇ ਲੈਂਦੇ ਨੇ। ਓ ਤੁਸੀਂ ਯਾਰ ਚਾਚਾ ਲੈਣਦਾਰ ਆ, ਤੂੰ ਤਾਂ ਹੁਣ ਆਇਆ ਇਹ ਕੰਮ 'ਚ, ਤੇਰੇ ਬਾਪੂ ਨਾਲ ਡੰਗਰ ਖਰੀਦਦਾ ਰਿਹਾ ਮੈਂ। ਅਸੀਂ ਲੈਣੀਆਂ ਨੇ 3-3 ਲੱਖ ਦੀਆਂ ਮੱਛਾਂ। ਉਂਗਲ ਲਾ ਰੱਖੀ ਆ, ਗੱਲ ਤਾਂ ਹੈ।
ਮਿੰਦਰਾ ਕਿਵੇਂ ਲੱਗੀ ਤੈਨੂੰ? ਪਰਲਾ ਵੀ ਛੋਟਾ ਥਾਣਾ ਮਾਂਗਰ ਕੀ ਆ ਦੇ ਕੱਟਾ ਇਹਦਾ ਬੱਚਾ ਕਿੱਥੇ ਆਪਣਾ ਉਰੇ ਆ ਤੁਰਿਆ ਸਾਡੇ ਕੋਲ ਇੰਨਾ ਟਾਈਮ ਨੀ ਹੈਗਾ ਦੇਣੀ ਕਿੰਨੇ ਦੀ ਐ ਦੱਸ ਯਾਰ ਦੋ ਘੱਟ 50 ਦੀ ਦੇ ਦਾਂਗੇ ਯਾਰ ਉਹੀ ਇੱਥੇ ਗੱਲਾਂ ਕਰੀਆਂ ਕੱਚੀਆਂ ਮੇਰੀ ਗੱਲ ਸੁਣ ਲੈ ਬੰਦਾ ਇਹ ਕੜਕ ਦਨੇ ਲੈ ਜੂ ਸਿਰੇ ਵਾਲਾ ਰੇਟ ਦੱਸ ਦੇ ਕਿੰਨੇ ਚੜਾ ਜੀ ਟਾਈਮ ਪੁੱਛ ਤੈਨੂੰ ਕਹਿ ਦੱਸਤਾ ਚੱਲ 1000 ਘੱਟ ਹੋਰ ਦੇ ਦੂ ਸਾਈ ਵੀ ਉਰੇ ਆ ਮੜਾ ਜਾ ਹਾਂ ਪੇ ਤਾ ਹਾਂ ਕਿੰਨਾ ਕਹਿੰਦਾ ਤੂੰ ਮੈਂ ਤਾਂ 44 ਆਖਿਆ ਤੀ 40 ਦੀ ਹੋ ਗਈ ਕਹਿ ਬਸ ਫੜ ਲੈ ਠੀਕ ਹੈ ਲੈ ਜਾ ਮਹਾ ਫੜੀ ਦੀ ਹੁੰਦੀ ਆ ਲੈ ਯਾਰ ਕਮਾਲ ਹੈ ਉਹ ਐਨ ਬਸ ਹੋ ਗਈ ਅਸੀਂ ਆਉਨੇ ਆ ਤੂੰ ਸਾਈ ਰੱਖ ਮੋੜ ਯਾਰ ਕਮਾਲ ਕਰਦਾ ਚੋਬਰਾ ਨਿਗਾਹ ਨਹੀਂ ਹੈਗੀ ਵਿਕਣੀ ਨਹੀਂ ਆ ਤੁਹਾਨੂੰ ਇੱਥੇ ਹੀ ਰਹਿ ਜੂ ਉਹ ਨਹੀਂ ਲੈ ਯਾਰ ਉਹ ਜੇ ਪੰਜ ਪਾਈ ਇਹਨਾਂ ਗੱਲ 40 ਕਹਿੰਦਾ ਚੰਗਾ ਮੇਰੀ ਗੱਲ ਚੰਗਾ ਦੱਸ ਤੇ ਕਿੰਨਾ ਹੋਰ ਕਿੰਨਾ ਇਹਦਾ 44 ਕਹੀ ਤੂੰ 41 ਯਾਰ ਇਹਦਾ ਬੌਲਾ ਹੈ ਬਸ ਹੋ ਗਈ ਗਏ ਉਹ ਐਵੇਂ ਨਹੀਂ ਕਰਦੇ ਹੁੰਦੇ ਆ ਗਏ ਅਸੀਂ ਚਲੋ ਚੱਲ ਗਾ ਚੱਲ ਦੇਖ ਲੈ ਸਾਡੀ ਹੋ ਗਈ ਗਏ ਬਸ ਯਾਰ ਤੂੰ ਆਉਣੇ ਅਸੀਂ ਆਉਣੇ ਲੈ ਕੇ ਜਾਵਾਂਗੇ ਮੈਂ ਕੀ ਜਾਵਾਂਗੇ ਭਾਈ ਇਹਦਾ ਰੋਲ ਜਾਣਗੇ ਜੇ ਉੱਥੇ ਪਾ ਗਏ ਤਾਂ ਰੋਲ ਜਾਣਗੇ ਬਾਈ ਅੱਡੀਆਂ ਮੰਡੀਆਂ ਦੇ ਆ ਬਿੰਦਰ ਤਾਂ ਹੁਣ ਲੱਗਿਆ ਦੋ ਚਾਰ ਦਿਨਾਂ ਦਾ ਚੱਲ ਕੋਈ ਨੀ ਸਿੱਖ ਲੈਣਗੇ ਤੁਹਾਡੇ ਵਾਂਗੂ ਜਿਵੇਂ ਤੁਸੀਂ ਜੁੱਤੀਆਂ ਪਸਾ ਲਿਆ ਸਿੱਖ ਤਾਂ ਜਾਂਦਾ ਹੈ ਬੰਦਾ ਠੋਕਰਾਂ ਖਾ ਕੇ ਸਿੱਖਦਾ ਦੇਖੋ ਦੇਖੀ ਕਿੱਡੀ ਕਹੂਗੀ ਵਿਕ ਗਈ ਜੀ ਇਹ ਤਾਂ ਆਪਣੀ ਬੈੜ ਵਿਕ ਗਈ ਵਿਕ ਗਈ ਹਾਂਜੀ ਅੱਛਾ ਕਿੱਥੇ ਦੇ ਵਪਾਰੀ ਨੇ ਇਹ ਜੱਗਾ ਵਪਾਰੀ ਹੈ ਜੀ ਆਪਣਾ ਨਮੋਲ ਵਾਲਾ ਕਿੰਨੇ ਲਾ ਗਏ ਹੋ ਤੇ ਉਹ ਵਿਕ ਗਈ ਹੋ ਗਿਆ ਸੌਦਾ ਕਿੰਨੇ ਦਾ ਹੋ ਗਿਆ ਉਹ ਸੌਦਾ ਹੋ ਗਿਆ ਜਵਾਨੀ ਦਿਖਾਈ ਜਾਂਦਾ ਤੂੰ ਸੌਦਾ ਦੱਸ ਕਿੰਨੇ ਦਾ ਹੋ ਗਿਆ ਓਏ ਚਾਚਾ ਛੱਡ ਯਾਰ ਤੂੰ ਆਪਾਂ ਨੇ ਉੱਤੋਂ ਨਹੀਂ ਲੈਣੀ ਆਪਣੀ ਚੱਲ ਲੈ ਹੁਣ ਕਿੰਨੇ ਦਾ ਹੋਇਆ ਸੌਦਾ 41 ਦਾ ਹੋਇਆ ਉਹ ਮਲੰਗ ਬੰਦੇ ਨੇ 41 ਫਿਰ ਲੈ ਕੇ ਕਿਉਂ ਨਹੀਂ ਗਏ ਫਿਰ ਇੱਥੇ ਕਿਉਂ ਬੰਨੀਏ ਲੈ ਕੇ ਜਾਣਗੇ ਉਹ ਕਿਹੜਾ ਲਿਜਾਣਗੇ ਆ ਦੇਖ ਲਾ 44 ਕਿਹੜਾ 10000 ਦੇ ਗਏ
ਠਿਆਨੀ ਤਾਂ ਹੈਗੀ ਆ, ਇਹ ਜੀਆਂ ਸਾਈਆਂ ਖਾਨੀ ਕਿੰਨੀਆਂ ਡੇਗੀਆਂ ਨੇ, ਬੜਾ ਸਾਈ ਫੜਾ ਇਹਨੂੰ, ਕਿੰਨੇ ਦੀ ਕਰ ਗਏ ਹੋ 41 ਦੀ? ਦੰਦ ਦੇਖੋ ਜੀ, ਛਿੱਗੀ ਆਈ ਛਿੱਗੀ ਤਾਂ ਪੂਰੇ ਕਰੀ ਖੜੀ ਆ ਚਾਚੇ, ਛਿੱਗੀ ਆਈ ਛਿੱਗੀ ਆ ਕਰਦਾਂਗੇ ਪੂਰੀ, ਹਾਂ ਦੂਜੇ ਸੂਗੀ, ਦੂਜੇ ਸੂਗੀ। ਤੁਸੀਂ ਕਾਹਨ ਉੱਤੋਂ ਦੀ ਲੈਣੇਓਗੇ, ਤੂੰ ਮੈਨੂੰ ਬੁਰਾ ਪਾਉਂਗੇ, ਮੈਂ ਬੱਚਾ ਛੋਟੀ, ਤੇਰਾ ਚਾਹ ਪਾਣੀ ਹੋ ਜੂਗਾ, ਤੂੰ ਕਿਉਂ ਹੋ, ਤੈਨੂੰ ਤਰੀ ਦਲਾਲ ਗਈ ਮਿਲ ਜੂ, ਤੂੰ ਦੇਣਗੇ ਅੱਗੇ ਭੱਜਿਆ ਤੇਥੋਂ ਕਦੇ, ਬਸ ਠੀਕ ਆ, ਖਣ ਥੁਣ ਦੇਖ ਹੈ ਸੀ ਲਈ ਥਾਂ ਥੁਣ, ਕਿੰਨਾ ਦੁੱਧ ਦੁੱਧ ਤਾਂ 15 ਦੇਉ ਜੀ, ਕਿਹੜਾ 15, ਸਹੀ ਦੱਸ ਤੂੰ 15 ਦੇਉ, ਓਏ ਮੈਂ ਡੰਗਰਾਂ ਜੀ ਰਹਿਣਾ ਹੈ, ਮੈਂ ਕਹਿੰਦਾ 7 ਲੀਟਰ ਤੋਂ ਵੱਧ ਕਰਦੀ ਨਹੀਂ, ਲਾ ਸ਼ਰਤ ਕੋ, ਮੇਰੀ ਉਮਰ ਲੰਘ ਗਈ ਇਹ ਕੰਮ 'ਚ, ਬਰੀਡ ਇਹ ਜਰਸੀ ਬਾਈ ਦੀ, ਓਏ ਬਰੀਡ ਨਹੀਂ ਖਰੀਦੀਆਂ ਨੇ ਅਸੀਂ ਭਲਿਆ ਲੋਕਾ, ਮਿਲਕ ਬੇਨ ਤਾਂ ਦੇਖ ਲਾ, ਦੇਖ ਇੱਧਰ ਦੇਖ ਥੱਲੇ ਮਿਲਕ ਬੇਨ, ਓਏ ਤੂੰ ਪੜਿਆ ਲਿਖਿਆ, ਸਾਡੀ ਸਾਰੀਆਂ ਜੁੱਤੀਆਂ ਘਸੀਆਂ ਸਾਡੀਆਂ ਮੰਡੀਆਂ 'ਤੇ ਫਿਰਦਿਆਂ ਦੀਆਂ, ਤੂੰ ਲੈਣੀ ਆ ਹੁਣ, ਹਾਂ ਤੂੰ ਦੱਸ ਘਰ ਸੌਦਾ ਕਰਕੇ ਨੇ, ਸਹੀ ਦੱਸ ਦੇਖ, ਨਾੜ ਪੋਲ 'ਚ, ਨਾੜਾਂ ਨੂੜਾਂ ਤਾਂ ਪੋਲ 'ਚ ਹੀ ਹੁੰਦੀਆਂ ਨੇ, ਰਾਜਲੇ ਪਾਸੇ ਦੇਖ ਲਾ, ਦੁੱਧ ਵਾਲੀਆਂ ਬੇਨਾਂ ਦੇਖ ਤਾਂ ਲੈ, ਦੀ ਮਾਰੀ ਹੋਈ ਆ, ਜਦੋਂ ਨਿੰਬੂ ਤੇ ਸੁੱਕੀ ਚਾਹ ਇਹਨੂੰ ਦੇਤੀ ਰੋਟੀ 'ਤੇ ਲਾ ਕੇ, ਇਹਦਾ ਕੰਧਾਂ ਖਾਊ, ਮੁੱਲ ਦੱਸ ਭਾਈ, ਮੁੱਲ ਤਾਂ 50 ਕਰਦਾ ਸੀ ਉਹਨਾਂ ਨੂੰ, 50 ਹੀ ਸੋਨੂੰ ਕਰਦਾ, 48 ਕਦਾ ਮਾਲ ਆ, 50 ਤਾਂ ਐ ਨਹੀਂ ਬੋਲਦੇ ਹੁੰਦੇ, ਸਾਡੇ ਘੱਟ ਨਹੀਂ ਕਰਾਂਗੇ, ਓਏ ਘੱਟ ਬੋਲੋ ਘੱਟ, ਉਹ ਮੂੰਹ ਨਾ ਉੱਤੋਂ 150 ਵੱਧ ਹੁੰਦੇ ਨੇ, ਪਰ ਉਹਨੂੰ ਕਹੇ ਮੁੰਡੇ ਲੈ ਚਾਚੇ ਮਾਰ ਸੱਟ, ਫਿਰ ਲੈ ਫੜਾ ਸਹੀ ਤੇ, ਹੈਂ ਸਹੀ ਤੇ ਲਿਆਓ, ਠਿਆਨੀਆਂ ਠਿਆਨੀਆਂ ਨੂੰ ਕੌਣ ਪੁੱਛਦਾ, ਠਿਆਨੀਆਂ ਨਾਲ ਕਦੇ ਸਾਈਆਂ ਹੁੰਦੀਆਂ, ਦੱਸ ਦੇ ਚਾਹ ਚੁੱਕੀ ਮਾਂਗੇ ਨਾਲੇ, ਚੱਲ ਸਾਡੇ 41 ਦੀ ਹੋ ਗਈ, ਹਾਂ ਸਾਡੇ 41 ਦੀ ਗੱਲ ਮੁੱਕਰਨਾ ਵੀ ਆ ਹੁਣ, ਓਏ ਮੁੱਕਰਨ ਵਾਲੀ ਉਹ 5000 ਵੱਧ ਦੇਉਂਗੇ, ਫੇਰ ਹੀ ਮੁੱਕਰਿਆ ਜਾਂਦਾ, ਲੈ 5000 ਵੱਧ ਵਾਲੀ ਹੈਗੀ ਇਹ, ਪਰ ਖੜ ਜਾ, ਓਏ ਤਾਂ ਹੋ ਗਈ ਖੜ ਜਾ, ਗੱਲ ਤਾਂ ਸੁਣ ਲੈ, 5000 ਵੱਧ ਦੇਉਂਗੇ ਫੇਰ, ਓਏ 5000 ਵੱਧ ਵਾਲੀ ਹੈਗੀ ਇਹ, ਗੱਲ ਤਾਂ ਲੈ ਮੇਰੀ ਜਵਾਨਾਂ ਨੂੰ ਕੌਣ ਪੁੱਛਦਾ, ਅੱਜ ਕੱਲ ਮੇਰੀ ਗੱਲ ਸੁਣ ਲੈ, ਫੜ ਹੁਣ ਨਾ ਮੋੜੀ, ਆ ਫੜ 42 ਦੀ ਹੋ ਗਈ, ਚੱਕ ਨਾ 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 ਨਾ, ਖੋਲ ਵਰਸਾ ਖੋਲ, 1200 ਪਿੱਛੇ ਥੋੜੀ ਮੁਕਰੂ, 1200 ਪਿੱਛੇ ਥੋੜੀ ਹੈਗੇ, ਮਾਨਕ ਬੰਦੇ ਨੇ ਉਹ ਨਹੀਂ ਲਗਾਏਗਾ ਮੋੜ ਕੇ, ਇਹਨੂੰ ਮੈਂ ਤਾਂ ਦੱਸਾਂ, ਇਹਨੂੰ ਸੁਝਾ ਮਾੜਾ, ਆ ਲੈ ਜਵਾਨੀ ਸਾਈ ਦੀ, ਸਾਈ ਜੀ ਦਾ ਦੇਖ ਲੈ, ਹੱਲੇ ਓਏ ਤਸੀਂ ਤਾਂ ਤੈਨੂੰ 10 ਰੁਪਏ ਦੇ ਤੇ ਬੌਲਿਆ, 10 ਦੋ ਚੱਲ ਆ ਜਾ ਉੱਥੇ, ਆ ਪਰਚੀ ਤਾਂ ਮੈਂ ਗਣਾਉਣਾ ਪੈਸੇ, ਚੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ, ਰੁਪਿਆ 43000 ਕਹਿੰਦੇ ਨੂੰ, ਹੱਥ ਨੇ ਨਗਦ ਪੈਸੇ ਕਿੱਥੇ ਦੇ, ਮਾਗਰ ਫਰੀ ਜਾਏਗਾ, 43 ਕਹਿੰਦਾ, 45 ਦੀ ਲੈ ਜਾ, 45 ਦੀ ਤੂੰ ਸਾਈ, 45 ਦੀ ਲੈ ਜਾ, ਓਏ ਮੰਨਿਆ ਕਰ, ਹੱਥ ਨੇ ਕੱਖ ਪਾਉਂਦਾ ਫਰੀ ਜਾਏਗਾ, ਅੱਧੀ ਰਾਤ ਫਟਦਾ ਰਹੇਗਾ, 44 ਦੀ ਹੋ ਗਈ, ਬਸ ਤੇਰੀ ਮੋੜਾ ਨਹੀਂ, ਓਏ ਉਹ ਮਲਰਨ ਬੰਦੇ ਨੇ, ਓ ਚੰਗੇ ਲੱਗਦੇ ਆ, ਮੈਂ ਜਾਣਦਾ ਉਹਨਾਂ ਨੂੰ ਕਿੰਨੇ ਕ ਪਾਣੀ ਚ ਨੇ ਉਹ, ਜੋ ਤੁਹਾਡੇ ਪਿੰਡ ਦੇ ਨੇ, ਹੋਰ ਹੁਣ ਯਾਰ ਫੇਰ ਨਹੀਂ ਵੇਚਣਾ, ਨਹੀਂ ਨਹੀਂ ਓ ਯਾਰ ਫੇਰ, ਓਏ ਬਸ ਉਹ ਤੈਨੂੰ ਤਾਂ ਰੋਕ ਜਾਂਦੇ ਨੇ ਡੰਗਰ, ਉਹ ਲੈ ਕੇ ਨਹੀਂ ਜਾਂਦੇ, ਕਿਹੜੀ ਉਹਨਾਂ ਨਾਲ ਵੇਚਦਾ ਨਹੀਂ ਤੂੰ, ਹੋਰ ਹੁਣ ਜਦੋਂ ਤੈਨੂੰ ਮੈਂ ਬਦਲ ਲਈ ਜਾਣਾ, ਪੈਸੇ ਹੱਥ ਨੇ ਲੈਣੀ, 5 ਵਜੇ, ਇੱਕ ਮਿੰਟ ਆ 10 ਰੁਪਏ ਨੇ ਨਾ, ਹਾਂ ਇਹਦੇ ਨਾਲ ਤੂੰ ਘੱਟੋ ਘੱਟ ਇੱਕ ਦਿਨ ਦਾ ਜਵਾਕਾਂ ਵਾਸਤੇ ਖਾਣ ਨੂੰ ਬੜਾ ਸਮਾਨ ਲੈ ਜਾਏਗਾ, ਠੀਕ ਆ, ਜਵਾਨੀ ਨਾਲ ਕੀ ਖਰੀਦੇਗਾ, ਉਹੀ ਤਾਂ ਮਾਰਦਾ, ਰੋਟੀ ਵੀ ਖਾਊ ਤੂੰ, ਉਹਨਾਂ ਨੇ ਜਵਾਨੀ ਦਿੱਤਾ, ਠੀਕ ਆ ਠੀਕ ਆ, ਲਗਾਈ ਸਾਡੀ, ਚਲੋ ਚੱਲ ਚੱਲ ਭਾਈ, ਚੱਲ ਠੀਕ ਆ, ਸੇਮ ਕਹਾ ਦੇਖੋ, ਠੀਕ ਆ, ਠੀਕ ਠੀਕ ਆ ਜੀ, ਮੋਕ ਜੀ ਕਮਾਈ ਲੱਗੀ ਪਈ ਆ ਨੂੰ, ਓਏ ਹੁਣ ਤਾਂ ਸੌਦਾ ਹੋ ਗਿਆ, ਕੀ ਚਾਰੀ ਪਿਆ ਇਹ ਜਾ, ਚੱਲ ਕੋਈ ਨਾ, ਲਾ ਦੇ ਕੋਈ ਟੀਕਾ, ਲਾ ਜਰਾ ਪਾਉਂਦੇ ਹੁਣੇ, ਕਿਹੜੇ ਨੇ ਇਹ ਮੱਕੀ ਵਾਲੇ, ਚਲੋ ਨਜ਼ਾਰਾ ਆ ਗਿਆ, ਜਿੱਦਾਂ ਭੈਣ ਦੀ ਮਰ ਆ ਗਿਆ, 4000 ਹੋਰ ਵੱਧ ਗਈ, ਕਰਮ ਵਾਲੀ ਹੋਈ ਸੀਗੀ, ਹਾਂ ਹਾਂ ਬਾਈ ਹਾਂ, ਕੋਈ ਗੱਲ ਨਹੀਂ ਬਾਈ, ਮੈਂ ਤੈਨੂੰ ਪੁੱਛ ਕੇ ਦੱਸ ਦੂੰਗਾ, ਹਾਂ ਆਈ ਤੀ ਲਾਣੇਦਾਰ ਦੀ ਸਲਾਹ ਜੀ ਕਰਕੇ, ਹਾਂ ਚੰਗਾ ਬਾਈ, ਬੀਬੀ ਬੀਬੀ, ਹਾਂ ਦੱਸ ਕੀ ਹੋ ਗਿਆ, ਕਰੀ ਜਾਂਦੀ ਆ ਵੇ, ਮੈਂ ਤਾਂ ਗੰਡੇ ਜੇ ਸਮਾਰ ਕੇ ਆਈ ਜੀ, ਖਰਾਬ ਹੋ ਰਹੇ ਨੇ, ਪਾਪਾ ਕਿੱਥੇ ਆ, ਤੂੰ ਦੱਸ ਮੈਨੂੰ ਪਹਿਲਾਂ ਕੀ ਕੰਮ ਹੈ, ਉਹ ਕੰਮ ਤਾਂ ਕੀ ਆ, ਉਹ ਫੋਨ ਆਇਆ ਸੀ ਦਿਹਾੜੀਆਂ ਨੂੰ ਪੁੱਛ ਕੇ ਆਇਆ ਹੋਣਾ ਮੇਲਾ ਦਾ ਪਾਪਾ, ਵੀ ਕੱਲ੍ਹ ਨੂੰ ਸਪਰੇ ਕਰਨੀ ਆ, ਹੁਣ ਉਹਨਾਂ ਦਾ ਫੋਨ ਆਇਆ ਸੀਗਾ, ਕਹਿੰਦੇ ਬਾਈ ਕੱਲ੍ਹ ਨੂੰ ਅਸੀਂ ਵਿਹਲਿਆਂ ਸਪਰੇ ਫੜ ਲਈ, ਹੁਣ ਐਂ ਨਹੀਂ ਪਤਾ ਉਹ ਕਿੱਥੇ ਆ ਚੌਧਰੀ ਆਪਣੇ ਵਾਲਾ, ਉਹ ਚੌਧਰੀ ਤਾਂ ਤੂੰ ਗੱਲ ਨਾ ਛੇੜ, ਉਹ ਤਾਂ ਘਰੋਂ ਬਾਹਰੋਂ ਵਿਹਲਾ ਹੋਇਆ ਫਿਰਦਾ, ਤੈਨੂੰ ਪਤਾ ਤਾਂ ਹੈਗਾ ਉਹ ਕਿਹੜਾ ਕਿਸੇ ਦੀ ਮੰਨਦਾ, ਉਹ ਤਾਂ ਜੱਗੇ ਵਪਾਰੀ ਦੇ ਮਗਰ ਲੱਗਿਆ ਫਿਰਦਾ, ਮੈਨੂੰ ਲੱਗਦਾ ਧਨੌਲੇ ਵਾਲੀ ਮੰਡੀ 'ਤੇ ਗਿਆ, ਲੈ ਜੱਗੇ ਹੋਰ ਤਾਂ ਮਲੰਗ ਬੰਦੇ ਨੇ, ਉਹਨਾਂ ਪਿੱਛੇ ਲੱਗਿਆ ਫਿਰਦਾ, ਉਹਨਾਂ ਦਾ ਕੋਈ ਸੌਦਾ ਪੂਰ ਚੜਿਆ, ਉਹ ਆਪਣੇ ਵਾਲਾ ਕੜੰਮ ਚੌਧਰੀ ਦਾ ਮਹਿਸਾਂ ਦੀਆਂ ਪੂੰਛਾਂ ਮਰੋੜਦਾ, ਕਿਤੇ ਚੰਗਾ ਲੱਗੂਗਾ, ਚੰਗਾ ਤਾਂ ਪੁੱਤ ਮੈਨੂੰ ਵੀ ਨਹੀਂ ਲੱਗਦਾ, ਫਿਰ ਤੈਨੂੰ ਪਤਾ ਤਾਂ ਹੈਗਾ ਉਹ ਕਿਹਦੀ ਚੱਲਣ ਦਿੰਦਾ,
ਕਿਹਦੀ ਉਹ ਮੰਨਦਾ ਨਾਲੇ ਕਬੀਲਦਾਰ ਬੰਦਾ ਨੂੰ ਨਹੀਂ ਵਪਾਰ ਵਪੂਰ ਚੰਗੇ ਲੱਗਦੇ ਹੁੰਦੇ ਹੈ ਉਹ ਤਾਂ ਮਲੰਗ ਹੈ ਜੱਗਾ ਤੁਰਿਆ ਫਿਰਦਾ ਮੌਜ ਨਾਲ ਪੂਛਾਂ ਮਰੋੜਦਾ ਮੈਂ ਸਾਨੀਆਂ ਇਹਦਾ ਕੀ ਕੰਮ ਭਲਾ ਕੋਈ ਗੱਲ ਨਹੀਂ ਉਹ ਜਿਹੜੇ ਮੁੰਡੇ ਦਾ ਫੋਨ ਆਇਆ ਸੀ ਉਹਨੂੰ ਕਹਿ ਨਹੀਂ ਕਹਿ ਭਾਈ ਆਥਣੇ ਮੇਰਾ ਪਿਓ ਆਊਗਾ ਮੈਂ ਤੇਰੀ ਗੱਲ ਕਰਾ ਦੂੰ ਆਪਾਂ ਪੁੱਤ ਬਹਿ ਕੇ ਸਮਝਾਵਾਂਗੇ ਦੋ ਜਾਣੇ ਉਹਨੂੰ ਪਿਆਰ ਨਾਲ ਐਂ ਉਹ ਮੰਨਣ ਵਾਲਿਆਂ 'ਚ ਹੈ ਨਹੀਂ ਗਾ ਚੱਲ ਬੇਬੇ ਹੁਣ ਤਾਂ ਮੈਂ ਕਰ ਦੂੰਗਾ ਫੋਨ ਮਾੜਾ ਤੂੰ ਕਹੀਂ ਭਾਪੇ ਨੂੰ ਵੀ ਹੁਣ ਮੈਂ ਬਰੋਬਰ ਦਾ ਹੋ ਰਿਹਾ ਮੈਂ ਮੱਤਾਂ ਦਿੰਦਾ ਚੰਗਾ ਨਹੀਂ ਲੱਗਦਾ ਐਂ ਸੋਚੂ ਕੱਲ੍ਹ ਦਾ ਜਵਾਕ ਅੱਜ ਮੈਨੂੰ ਮੱਤਾਂ ਦੇਣ ਲੱਗ ਗਿਆ ਬੇ ਪੁੱਤਾ ਮੱਤਾਂ ਦੇ ਦੇ ਉਹਨੂੰ ਮੈਂ ਥੱਕ ਗਈ ਜਮਾਂ ਹਾਰ ਗਈ ਉਹ ਕਿਹੜਾ ਕਿਸੇ ਦੀ ਗੱਲ ਪਸੰਦ ਰੱਖਦਾ ਮਨ ਮਰਜ਼ੀ ਕਰਦਾ ਪਹਿਲੇ ਦਿਨੋਂ ਮਨ ਮਰਜ਼ੀ ਮੇਰੀ ਤਾਂ ਉਹ ਇੱਕ ਨਹੀਂ ਚੱਲਣ ਦਿੰਦਾ ਉਹ ਤਾਂ ਮੇਰਾ ਸਾਲਾ ਜੱਗਾ ਪਤਾ ਨਹੀਂ ਉਹਨੂੰ ਕੀ ਘੋਲ ਕੇ ਖਵਾਉਂਦਾ ਪਤਾ ਨਹੀਂ ਕੀ ਤਾਂ ਉਹਦੇ ਦਿਮਾਗ 'ਚ ਭੜਤੀ ਪੜਾਉਂਦਾ ਉਸ ਦੇ ਮਗਰ ਲੱਗਿਆ ਰਹਿੰਦਾ ਸਾਰਾ ਦਿਨ ਉਹ ਮਗਰ ਲਾ ਕੇ ਰੱਖਦਾ ਉਹਨੂੰ ਚੱਲ ਚੰਗਾ ਬੀਬੀ ਮੈਂ ਜਾਣਾ ਮਾੜਾ ਕੰਮ ਹੈ ਕੋਈ ਨਾ ਜਾਇਆ ਹਾਂ ਖੇਤ ਮਾਰ ਕੇ ਆਉਣਾ ਮੈਂ ਗੇੜਾ ਦੇਖ ਕੇ ਆਉਣਾ ਕਿਵੇਂ ਆ ਬੇਦਬੂਦ ਆ ਫਿਰ ਮੈਂ ਇਹਨੂੰ ਦੇਖ ਕੇ ਕਰ ਦੂੰਗਾ ਫੋਨ ਕੋਈ ਨਾ ਜਾਇਆ ਤੂੰ ਮੇਰੇ ਵਿਚਾਲੇ ਪੈਨੇ ਕੰਡੇ ਜੇ ਸੂਤ ਕਰਦਾ ਮੈਂ ਚੱਲ ਤੂੰ ਕਰ ਦੇਗਾ ਗਏ ਤਾਂ ਹੁਣ ਚੜਾਈ ਲੈ ਚੱਲਾਂਗੇ ਕੱਟਾ ਖੜਾ ਉਰੇ ਆ ਓਏ ਬਿੰਦਰਾ ਹਾਂ ਮੱਦੀ ਕਿੰਨੀ ਜ਼ੋਰ ਲਾ ਲੈ ਆ ਜਾਨਵਰ ਨਹੀਂ ਲੈ ਸਕਦਾ ਜੇ ਬੰਜ ਕੱਟਣਾ ਨਾ ਬੰਜ ਕੱਟਣਾ ਜਾਨਵਰ ਲੈ ਲਾ ਹਾਂ ਮਤਲਬ ਇਹਦਾ ਟੀਕੇ ਦਾ ਲੈਣ ਚ ਵੀ ਹਰਜ ਨੀ ਆ ਖੁੱਖ ਦੇਖ ਲਾ ਢੀਰ ਵੀ ਨੀ ਕੱਢਦਾ ਯਾਰ ਢੀਰ ਤਾਂ ਨਹੀਂ ਪਾਉਂਦਾ ਨਾ ਢੀਰ ਨੀ ਪਾਉਂਦਾ ਬੱਚਾ ਉੱਕੇ ਕੀ ਮੁੱਲ ਕਰਦੇ ਹੋ ਬਾਈ 90,000 ਜੀ ਹੈ 90,000 ਬਾਲਾ ਟੈਂਪੂ ਚ ਗਏ ਆ ਕਿੱਥੇ ਚੜਾਵਾਂਗੇ ਇਹਨੂੰ ਆਉਨੇ ਆ ਮੁੜਦੇ ਹੋਏ ਦੇਖਦੇ ਆ ਮੁੜਦੇ ਦੇਖਦੇ ਆ ਚੱਲ ਕੋਈ ਗੱਲ ਨਹੀਂ ਸਾਣ ਤਾਂ ਵਧੀਆ ਸਾਣ ਵਧੀਆ ਹਾਂ ਚੰਗਾ ਫਿਰ ਦੋ ਦਾ ਦੇਖ ਲਓ ਖੰਡਰਾ ਅੱਛਾ ਰਾਜਪੁਰੇ ਲੈ ਕੇ ਚੱਲਾਂਗੇ ਹਾਂ ਇਹ ਤਾਂ ਹੋਰ ਆ ਉੱਤੀ ਵਾਲਾ ਖੜਾ ਹਰੇਕ ਹੈ ਓਏ ਮੈਂ ਤੁਹਾਨੂੰ ਦੱਸਾਂ ਮੂਰੇ ਅੱਸੂ ਆਉਂਦਾ ਹੈ ਹੁਣ ਤਾਂ ਰੇਟ ਬਈ ਐਂ ਚੜਨਗੇ ਡੰਗਰਾਂ ਦੇ ਮੈਨੂੰ ਤਾਂ ਹੁਣ ਪਤਾ ਹੈ ਵੀ ਕਿਵੇਂ ਰੇਟ ਚੜਦਾ ਹੈ ਘੱਟਦਾ ਹੈ 80,000 ਚ 3-4 ਪਸ਼ੂ ਲੈ ਚੱਲਦੇ ਆ ਹਾਂ ਇੱਕ ਇੱਕ ਅੱਧਾ ਕੱਟਾ ਚੱਕ ਲਓ ਕੋਈ ਦੋ ਫੰਡਰਾਂ ਚੱਕ ਲਓ ਇੱਕ ਇੱਕ ਅੱਧਾ ਲੰਡਰ ਜਾਂ ਕੋਈ ਬਿਮਾਰ ਜਾਂ ਕੱਟਾ ਹੋਰ ਦੇਖ ਲਓ ਹਾਂ ਹੈ ਹੋਰ ਡੰਡੀ ਲੈਣੋ ਚਾਚਾ ਐ ਮਰ ਯਾਰ ਮੈਨੂੰ ਤੂੰ ਯਾਰ ਚਾਹ ਪਿਆ ਮੈਨੂੰ ਓਏ ਚਾਹ ਦੌਰਾ ਪੈ ਜੂ ਤੇਰੇ ਗਰਮੀ ਦੇਖ ਲੈ ਐ ਕਰ ਦੋ ਫਿਰ ਨਿੰਬੂ ਪਾਣੀ ਪਿਉਣਾ ਓ ਚਾਚਾ ਗਰਮੀ ਨੂੰ ਗਰਮੀ ਮਾਰਦੀ ਹੁੰਦੀ ਆ ਚਲ ਆ ਜੂ ਨਿੰਬੂ ਪਾਣੀ ਪੀਨੇ ਆ ਕੋਈ ਬਰਫ਼ ਪਵਾ ਕੇ ਠੰਡਾ ਜਾ ਚਲੋ ਯਾਰ ਤੁਸੀਂ ਆਪਦੀ ਮਰਜ਼ੀ ਕਰਨੀ ਆ ਮੇਰੀ ਤਾਂ ਮੰਨਣੀ ਤਾਂ ਹੈ ਨਹੀਂ ਤੁਸੀਂ ਇੱਧਰ ਹੋ ਜਾ ਗਰਮੀਆਂ ਕਰਨੀਆਂ ਬਹਿੜ ਬਹਿੜ ਡਰਦੀ ਆ ਖੜ ਗਰਮੀ ਵਾਲੀ ਆ ਪਸ਼ੂਆਂ ਦਾ ਦੋਸ਼ ਨਹੀਂ ਗਰਮੀ ਹੈ ਬਹੁਤ ਗਰਮੀ ਮੇਰੀ ਗੱਲ ਸੁਣ ਉੱਥੇ ਤੈਨੂੰ ਐਂ ਕਹਾਂਗੇ ਵੀ ਇਹ ਕੱਟਿਆਂ ਦਾ ਕੰਮ ਕਰਦਾ ਕੱਟਾ ਲਵਾਂਗੇ ਆਪਾਂ ਆਹੋ ਇਹ ਠੀਕ ਆ ਹਾਂ ਰੇਟ ਜਮਾ ਡਾਊਨ ਕਿਤੇ ਉਈ ਲਾ ਦੇ 5,000 ਨਾ ਨਾ ਠੀਕ ਆ ਮੈਂ 13 ਪੱਕ ਕਰੂੰ ਯਾਰ ਆਜੋ ਫਿਰ 1800 ਤੋਂ ਚੱਕੀ ਠੀਕ ਆ ਹੈ ਮੱਦੀ ਓਏ ਆਹੋ ਆਹੋ ਇਹਨੂੰ ਆ ਕਹਦਾ ਮੈਂ 1800 ਤੋਂ ਚੱਕੀ ਕੱਟੇ ਦਾ ਰੇਟ ਠੀਕ ਆ ਫਿਰ ਹੋਰ ਚਲੋ ਫਿਰ ਬਾਹਰ ਖੁੱਲ੍ਹਾ ਹੀ ਪਿਆ ਓਏ ਮੇਰਾ ਸਾਲਾ ਦਿਨ ਉਹੀ ਫੁੱਟ ਗਿਆ ਅੱਜ ਤਾਂ ਦੇਖ ਲੈ ਬਿੰਦਰਾ ਉਹ ਤਾਂ ਇਹ ਜੇ ਕੰਮਾਂ 'ਚ ਫੁੱਟਦਾ ਹੀ ਹੁੰਦਾ ਉਹ ਕੁਛ ਹੋਰ ਹੋ ਗਿਆ ਹਾਂ ਉੱਥੇ ਡੰਗਰ ਤਾਂ ਘੱਟ ਤੇ ਵਪਾਰੀ ਵੱਧ ਤੇ ਉੱਥੇ ਉਹ ਸਾਹਿਬ ਮੱਦੀ ਹੋਰੇ ਮੇਰੇ ਸਾਲੇ ਜਿੰਨਾ ਚਿਰ ਇਹ ਮਰਦੇ ਨਹੀਂ ਇਹ ਨਹੀਂ ਆਪਾਂ ਨੂੰ ਡੰਗਰ ਲੈਣ ਦਿੰਦੇ ਹੋਰ ਨਾ ਤਾਂ ਆਪ ਲੈਂਦੇ ਨੇ ਦੇਖ ਲੈ ਕੋਈ ਬਹਿੜ ਹੈ ਉਹ ਤੇ ਹੋ ਕੇ ਖੜ ਜਾਣਗੇ ਕੋਈ ਝੋਟੀ ਆ ਉਹ ਤੇ ਹੋ ਕੇ ਖੜ ਜਾਣਗੇ ਲੈਣੀ ਨਹੀਂ ਕਰਨੀ ਕੀ ਮੁੱਲ ਵਾੜੀ ਕਰਦੇ ਨੇ ਹੈ ਮੁੱਲ ਵਾੜੀ ਆਪਣੀ ਆ ਬਸ ਇਹ ਤਾਂ ਹਾਂ ਹੋਰ ਬਸ ਫਿਰ ਖੱਟਾ ਖੱਟਾ ਦੁੱਧ ਕਹਿੰਦਾ ਐ ਅੰਨਾ ਤਾਂ ਜੇ ਥੱਲੇ ਕੋਈ ਹੋਵੇ ਦੁੱਧ ਦਾ ਇਹ ਤਾਂ ਕਾਟੂ ਮਾਲ ਹੈ ਗੱਲ ਤਾਂ ਚੱਲ ਕੋਈ ਨਾ ਮੇਰੇ ਤੂੰ ਸਾਈ ਕੱਢ ਲੈ ਲਓ ਜੀ ਦੱਸੋ ਜੀ ਕਿੰਨੇ ਗੱਲ ਸੁਣੋ ਅਸੀਂ ਅੱਜ ਮੰਡੀ ਤੇ ਜਾ ਕੇ ਆਏ ਆ ਅੱਛਾ ਜੀ ਬਹੁਤ ਬੁਰਾ ਹਾਲ ਆ ਵਪਾਰੀ ਕੋਈ ਆ ਨਹੀਂ ਰਿਹਾ ਬਾਹਰੋਂ ਵਪਾਰੀ ਦਾ ਭਾਈ ਕਿਤੋਂ ਨਹੀਂ ਆਇਆ ਜਾਂਦਾ ਚਾਰ ਡੰਗਰ ਮੈਂ ਖਰੀਦੇ ਨੇ ਜਾਂ ਇੱਕ ਵਪਾਰੀ ਹੋਰ ਤੀ ਤੁਸੀਂ ਤਾਂ ਭਾਈ ਐਂ ਕਹਿੰਦੇ ਹੁੰਦੇ ਹੋ ਜਦੋਂ ਤਾਂ ਸਾਡਾ ਲੈਣ ਦਾ ਟਾਈਮ ਆਉਂਦਾ ਤਾਂ ਕਹਿੰਦੇ ਹੋਗੇ ਮੰਗਿਆਈ ਹੈ ਹੁਣ ਕਹਿੰਦੇ ਮੰਦਾ ਆ ਰਿਹਾ ਹੋਰ ਮੰਦਾ ਬਾਹਲ ਆ ਰਿਹਾ ਹੁਣ ਕਰੀਏ ਕੀ ਪਤਾ ਗੱਲ ਕੀ ਹੋ ਗਈ ਆਹ ਰੁੱਤ ਚ ਆ ਕੇ ਕਹਿੰਦਾ ਦੁੱਧ ਨਹੀਂ ਹੈਗਾ ਉਹੀ ਤਾਂ ਗੱਲ ਦੂਜੀ ਗੱਲ ਆਇਆ ਵੀ ਥੋੜੀ ਜਿਹੀ ਨਾ ਜੇ ਕੱਦ ਕਾਟ ਹੋਰ ਹੁੰਦਾ ਝੋਟੀ ਦਾ ਚਾਹੀਦੀ ਇਹਨੂੰ ਕਿੰਨੇ ਦੀ ਮਰਜ਼ੀ ਵੇਚ ਲਾ ਤੁਹਾਡੇ ਸਾਹਮਣੇ ਬਾਈ ਜੀ ਲਿਜਾਣੀ ਕਰਨੀ ਤੁਹਾਡੀ ਮਰਜ਼ੀ ਹੈ ਮੈਂ ਤਾਂ 2 ਸਾਲ ਹੋਰ ਸੇਵਾ ਕਰ ਲੂੰਗੀ 1,00,000 ਰੁਪਈਏ ਤੋਂ ਘੱਟ ਨਹੀਂ ਵਿਕਣੀ ਹੈਗੀ ਜਿੱਦੇ ਮੇਰੀ ਵਿਕੀ ਠੀਕ ਹੈ ਤੁਸੀਂ ਤਾਂ ਅਸੀਂ ਕਹਿੰਦੇ ਹੁੰਦੇ ਹੋਗੇ ਲੈਣ ਵੇਲੇ ਮੰਦਾ ਆ ਰਹੇਗਾ ਜਦ ਅਸੀਂ ਲੈਣ ਵਗ ਜੀ ਉਹੀ 1,00,000 ਰੁਪਈਏ ਤੋਂ ਘੱਟ ਨਹੀਂ ਕਹਿਣੀ ਤੁਸੀਂ ਇਹੀ ਝੋਟੀ ਨਾ ਨਾ ਭਾਈ ਐਂ ਕਾਹਨੂੰ ਗੱਲਾਂ ਹੁੰਦੀਆਂ ਨੇ ਹੈ ਹੁਣ ਤਾਂ ਮੰਦਾ ਵਾਲਾ ਹੋਇਆ ਪਿਆ ਹੈਗਾ ਤਾਂ ਕਰਕੇ ਆ ਨਹੀਂ ਤਾਂ ਲੈ ਜਾਂਦੇ ਹੈਂ
ਨਹੀਂ ਤਾਂ ਵੱਧ ਲੈ ਦੇ 5000 ਜੇ ਗਾਹਾਂ ਵਿਕਦੀਆਂ ਹੁਣ ਮੰਦਾ ਬੜਾ ਹੋਇਆ ਪਿਆ ਕੀ ਕਰੀਏ ਊਹ ਮੱਚੀ ਪਈ ਆ ਓ ਕਾਹਨੂੰ ਭੰਗੜਾ ਪਾ ਰੱਖਿਆ ਤੂੰ ਮੁੱਲ ਪੁੱਛ ਯਾਰ ਮੇਰੀ ਗੱਲ ਸੁਣੋ ਤੁਸੀਂ ਦੇਖੋ ਆ ਖੜਾ ਮਾਲਕ ਜੀ ਨੇ ਲੈਣੀ ਆ ਠੀਕ ਆ ਮੈਂ ਤਾਂ ਬਾਈ 100-200 ਲੈਣ ਵਾਲਾ ਵਿੱਚ 100 ਇਧਰੋਂ ਲੈ ਲੂ 100 ਸੋਤੋਂ ਲੈ ਲੂ ਗੱਲ ਤਾਂ ਤੁਹਾਡੀ ਇੱਕੋ ਹੁੰਦੀ ਹੈ ਨਹੀਂ 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 ਉਹ ਭਾਈ ਕੋਕਾਂ ਨੂੰ 40 ਦੀ ਤਾਂ ਦੁੱਧ ਵਾਲੀ ਮੈਸ ਵਧੀਆ ਮਿਲ ਜਾਂਦੀ ਆ ਕੋਈ ਨਾ ਫਿਰ ਦੁੱਧਾ ਹੀ ਲੈ ਲੈ ਫਿਰ ਇਹ ਝੋਟੀ ਨਾਲ ਰੱਖਣ ਲੱਗ ਜਾਂਦੀਆਂ ਤੇਰੀਆਂ ਨਾ ਭਾਈ 40 ਤੋਂ ਘੱਟ ਮੈਂ 5 ਨਹੀਂ ਦਿੰਦੀ ਆ ਲਓ ਸਾਈ ਹੱਥ ਨੇ ਲੈ ਜਾਾਂਗੇ ਝੋਟੀ ਖੋਲ ਕੇ ਰੁਪਿਆ 18000 ਨਾ ਸਾਡੇ ਘਰੇ ਕਲੇਸ਼ ਹੋ ਜਾਊਗਾ ਉਹ ਕਲੇਸ਼ ਭਾਈ ਕੀ ਦਾ ਹੂ ਤੇਰੀ ਦਾ ਪੁੱਗਦੀ ਆ ਘਰੇ ਲੈ ਹੋਰ ਕੀ ਨੇ ਕਲੇਸ਼ ਕਰਨਾ ਹੈ ਕਿੱਥੇ ਪੁੱਗਣ ਦਿੰਦੇ ਨੇ ਬੁੜੀ ਦਾ ਸਾਹਮਣੇ ਜੋਗੀਆਂ ਨੇ ਇੰਨੀ ਵਾਲੀ ਹੁੰਦੀ ਲੈ ਜਾਂਦੇ ਆਪੀ ਹੈ ਨਾ ਤਾਂ ਇਹਦਾ ਕੋਈ ਵਜਨ ਹੈ ਚਲ ਯਾਰ ਦੇਖ ਫਿਰ ਹੈ ਚਲ 1000 ਹੋਰ ਪਾ ਦੇ ਵਿੱਚ ਹੋਰ ਕੀ ਬਾ ਮੈਂ ਨੀ ਲੈਂਦੀ ਮੈਂ ਤਾਂ ਤੈਨੂੰ ਕਹਿੰਦਾ ਵੀ ਗਈ ਆ ਮੈਂ ਤੂੰ ਬਿਨਾ ਪੁੱਛੀ ਲਾਤਾ ਇਹਨੇ ਇੱਕ ਹੀ ਫੜ ਲੋ ਪੈਸੇ ਨਾ ਤੁਹਾਡੀ ਇੱਕੋ ਗੱਲਬਾਤ ਹੁੰਦੀ ਫੋਨਾਂ ਤੇ ਸਾਰਾ ਦਿਨ ਗੱਲਾਂ ਕਰਕੇ ਆਉਨੇ ਹੋਗੇ ਵੀ ਮੈਂ ਐ ਕਹਿ ਦੂੰਗਾ ਤੂੰ ਐ ਕਹਿ ਦੀ ਫੋਨ ਤਾਂ ਹੁਣ ਫਿਰ ਉਹ ਤਾਂ ਉਂ ਜਾਨਵਰ ਪੁੱਛਦੇ ਹੁੰਨੇ ਆ ਮੈਂ ਸੁਣੂ ਦੱਸਾਂ ਜੀ ਹਾਂਜੀ ਦੱਸੋ ਐਦੂ ਵੱਧ ਨਾ ਤਾਂ ਕੋਈ ਲਾਵੇ ਕੋਈ ਨਾ ਫਿਰ ਨਹੀਂ ਲਾਊਗਾ ਖੜੀ ਐ ਮੇਰੀ ਗੱਲ ਕਿੱਲੇ ਤੋਂ ਵਾਹੀ ਐ ਥੇੜੀ ਜੰਗ ਪੈਸੇ ਲਾ ਗਿਆ ਮੈਥੋਂ ਵੱਧ ਕੋਈ ਕੋਈ ਪੈਸਾ ਨਹੀਂ ਲਾ ਸਕਦਾ ਉਹ ਤਾਂ ਗੱਲ ਮੈਂ ਤਾਂ ਕਹੀ ਆ ਨਾ ਚਾਚੇ ਫਿਰ ਨਹੀਂ ਲਾਊਗਾ ਖੜੀ ਐ ਮੇਰੀ ਮੈਂ ਕਿਹੜਾ ਮਗਰ ਖੋਲ ਕੇ ਛੱਡ ਕੇ 2 ਸਾਲ ਖੁਦ ਬੜੀ ਕਰਾਉਂਗੇ ਕੋਈ ਫਾਇਦਾ ਐ ਕੋਈ ਨਾ ਫਿਰ ਕਰਾ ਲਈ ਤੇ 5 ਸਾਲ ਸਾਂਭਲੀ ਮੇਰੀ ਗੱਲ ਸੁਣੋ 20000 ਰੁਪਿਆ ਲੈ ਕੇ 10000 ਹੋਰ ਪਾਲੇ ਉਦਾਲੀ ਆ ਜੂ ਕੋਈ ਨਾ ਮੈਂ ਨਹੀਂ ਲੈਂਦੀ ਭਾਈ ਨਾ ਬਾਕੀ ਕੋਈ ਨਾ ਫਿਰ ਰਾਏ ਕਰ ਲਿਓ ਆਥਨੇ ਮੁੰਡੇ ਚੱਲ ਕੋਈ ਨਾ ਮੁੰਡਾ ਆ ਜੂ ਆਥਨੇ ਰਾਏ ਕਰਕੇ ਤੁਹਾਨੂੰ ਦੱਸ ਦਾਂਗੇ ਫੋਨ ਕਰਕੇ ਫੋਨ ਨੰਬਰ ਦੇ ਜੋ ਚੱਲ 1000 ਹੋਰ ਪਾ ਕੇ ਦੇਖ ਲਾ ਬਾਈ ਕਰਕੇ ਦੇਖ ਲਾ ਕੋਲ ਪਰੇ ਯਾਰ 1000 ਦਾ ਤਾਂ ਸਾਰਾ ਗੱਡੀਆਂ ਹੀ ਲੈ ਜਾਣਗੇ ਫਿਰ ਤੇਰੀ ਕਿ ਅੱਖਾਂ ਲੱਗ ਰਹੀਆਂ ਤੂੰ ਹੋਰ ਕਰ ਦੇਖ ਲੈ ਜਾ ਕੇ ਅਸੀਂ ਨਹੀਂ ਦਿੰਦੇ ਹੈਗੇ ਓਹੋ ਇਹ ਤਾਂ ਐ ਸੀ ਚੱਲ ਵੀ ਹੁਣ ਜਾਨਵਰ ਹਨਾ ਮਿਲਿਆ ਹੋਇਆ ਸੀਗਾ ਆਏ ਟੀ ਵੀ 1000 2000 ਤੱਕ ਦੀ ਗਾਲੀ ਲੈ ਲੈਂਦੇ ਮੈਂ ਨਹੀਂ ਲੈਂਦੀ ਨਾ ਨਾ ਮੈਂ ਲੈਂਦੀ ਨਾ ਨਾ ਕੋਈ ਗੱਲ ਨਹੀਂ ਫਿਰ ਕਰਾ ਦੇਣਾ ਕਿਹੜਾ ਕਾਦੇ ਪਿੱਛੇ ਹੁਣ ਕੋਈ ਗੱਲ ਨਾ ਹੋਰ ਕੀ ਆ ਕੋਈ ਨਾ ਇਦੋਂ ਬਾਅਦ ਕੋਈ ਲਾਉਂਦਾ ਨਹੀਂ ਇਹਨੂੰ ਤਾਂ ਕਟੜੀ ਐ ਪੁੱਤਿਆਂ ਦੀ ਇਹ 20000 ਦੀ ਝੋਟੀ ਐ ਉਹ ਜੋ ਅੱਖਾਂ ਦੀਆਂ ਗੱਲਾਂ ਕਰਨ ਲੱਗ ਰਹੇ ਹੋਗੇ ਤੁਸੀਂ ਉਰੇ ਆਓ ਭੈਣ ਜੀ ਗੱਲ ਸੁਣੋ ਹਾਂ ਦੱਸ ਦੇਖ ਮੇਰੀ ਗੱਲ ਸੁਣ ਲਓ ਹਾਂ ਮੈਂ ਗਾਹਾਂ ਕਿੰਨੇ ਦੀ ਮਰਜ਼ੀ ਕਹਾਂ ਠੀਕ ਆ ਚਾਹੀਦੀ ਮੈਂ ਪੱਲਿਓਂ ਪਾਵਾਂ ਹਾਂ ਆ ਚੱਕੋ 25000 ਰੁਪਿਆ ਨਹੀਂ ਨਾ ਬਈ ਹੱਥ ਨੇ ਲੈ ਜਾ ਨਾ ਨਾ ਮੈਂ ਨਹੀਂ ਮੇਰੀ ਘਰੇ ਖੜੀ ਐ ਜਮੀ ਨਾ ਲੈ ਕੇ ਜਾ ਪਰ ਜਵਾਕ ਵਾਲੀ ਗੱਲ ਤਾਂ ਤੁਸੀਂ ਕਰਦੇ ਹੋ ਹੁਣ ਕਿਉਂ ਕਰਦੇ ਜਵਾਕਾਂ ਵਾਲੀ ਲੈ ਫਿਰ ਐ ਕਰ ਮੇਰੀ ਗੱਲ ਸੁਣ ਲੈ ਭਾਈ ਪਤਾ ਕਿੰਨੀ ਮਹਿੰਗਾਈ ਹੋ ਰਹੀ ਸਿਆਉਣੇ ਸਿੰਘ ਹੋ ਰਹੇ ਨੇ ਭਾਈ ਮੇਰੀ ਗੱਲ ਸੁਣ ਲੈ ਫਿਰ ਤੂੰ ਤੂੰ ਐ ਕਰ ਲੈ ਫਿਰ 40 ਦੀ ਵੀ ਵੇਚ ਦੇ ਨੂੰ ਠੀਕ ਆ ਕਿਤੇ ਫਤਿਆਬਾਦ ਤੱਕ ਲੈ ਜੀਆਂ ਮੈਂ ਵੀ ਡੰਗਰਾਂ 'ਚ ਰਹਿਣਾ ਹੈਗਾ ਮੇਰੀ ਵੀ ਹੁਣ ਹਿੰਡ ਹੈ ਮੈਂ ਤੈਨੂੰ ਗੱਲ ਦੱਸਦੀ ਜੇ ਇਹਦਾ ਕੋਈ 26000 ਦੇਗਾ ਤੂੰ ਤਾਂ ਕਹਿ ਦੀ ਮੈਨੂੰ ਮੱਦੀ ਨਾ ਕਹੀ ਨਾ ਬੋਲ ਗੱਲਾਂ ਹੀ ਹੁੰਦੀਆਂ ਨੇ ਨਹੀਂ ਕਹਿਣ ਕੋ ਸਾਰੀ ਉਮਰ ਦਾ ਡੰਗਰਾਂ 'ਚ ਕੱਢਤੀ ਹਾਂ 40000 ਆ ਜਾਂਦੇ ਨੇ ਉਰੇ ਉਹ ਡੱਬ ਖੜੱਬੀ ਜੀ ਬੜੀ ਹੈ ਨਹੀਂ ਦੀ ਛੱਡਣ ਵਾਲੀ ਹੋਰ ਖੜਾ ਟੈਂਪੂ ਲਾ ਲੈ ਗਾਈ ਲਾ ਲੈ ਦੇਖ ਬਿੰਦਰਾ ਇਹ ਗੱਲਾਂ ਗਲਤ ਨੇ ਬਾਈ ਜਾਂ ਤਾਂ ਮੈਨੂੰ ਚਿੱਟਾ ਜਵਾਬ ਦੇ ਦੇ ਮੈਂ ਆਪਦਾ ਅੱਡ ਪਾਲੂ ਮੈਨੂੰ ਵੀ ਪਤਾ ਇਹ ਗੱਲਾਂ ਦਾ ਮੈਂ ਤੂੰ ਚੁੱਪ ਕਰਿਆ ਕਰ ਢਲਕ ਬੋਚਾ ਕਰੇ ਤਾਂ ਇਹ ਜੀ ਨੇ ਮਾਂ ਨਹੀਂ ਨਾ ਪਾਪਾ ਤੈਨੂੰ ਕਿੱਧਰੋਂ ਸ਼ੌਂਕ ਚੜ ਗਿਆ ਮੈਸਾਂ ਦਾ ਹੁਣ ਤੂੰ ਵਪਾਰੀ ਬਣ ਕੇ ਖੜ ਗਿਆ ਤੂੰ ਕੋਈ ਕਿੱਤਾ ਛੱਡੇਗਾ ਕਿ ਨਹੀਂ ਆ ਦੇਖ ਲੈ ਪੀਸਰੇ ਸਾਨ ਮੰਗੂ ਇਹ ਚੱਕਦੀ ਆ ਮੇਰੇ ਕਣੀ ਮੇਰੇ ਸਾਲੇ ਸੋਨੂੰ ਕੀ ਪਤਾ ਵਪਾਰ ਚ ਕੀ ਨਫੇ ਨੇ ਦੱਸੋ ਇਹਨਾਂ ਨੂੰ ਚੱਕਾ ਨਾ ਨਾ ਤੂੰ ਗਿਆ ਹੋਇਆ ਤੈਨੂੰ ਪਤਾ ਹੀ ਹੈ ਘਰੇ ਵੀ ਕੋਈ ਕੰਮ ਹੈ ਆ ਮੁੰਡੇ ਨੇ ਮੈਨੂੰ 3 ਵਾਰੀ ਪੁੱਛ ਲਿਆ ਉਹ ਮੱਖਣਾ ਮੇਰੀ ਗੱਲ ਸੁਣ ਵਪਾਰ ਤਾਂ ਇਹ ਜੀ ਚੀਜ਼ ਆ ਜੇ ਤਾਂ ਆ ਗਿਆ ਲੋਟ ਫਿਰ ਤਾਂ ਬਾਰੇ ਨਿਆਰੇ ਨੇ ਮਾਰ ਅਸੀਂ ਖਾਂਦੇ ਨਹੀਂ ਤੇਰੇ ਨਾਲ ਤੇਰਾ ਚਾਚਾ ਯਾਰ ਹੈਗਾ ਜੱਗਾ ਚਾਚਾ ਤੇਰਾ ਚਾਚਾ ਜਿਹੜਾ ਕੁਛ ਮਰਜ਼ੀ ਕਰੋ
ਉਹ ਜਿਹੜੀ ਖੇਤੀ ਕਰਦੇ ਆ ਉਹਦੀ ਤਾਂ ਸੋਚ ਕਰ ਲਓ ਨਾ ਜਿਹੜੇ ਬੰਦਿਆਂ ਨੂੰ ਕਹਿ ਕੇ ਦੀ ਸਪਰੇਅ ਵਾਲਿਆਂ ਨੂੰ ਉਹਨਾਂ ਦਾ ਕੀ ਬਣਿਆ ਹੈ ਕਹਿ ਕੇ ਕਿ ਆਪਦਾ ਮੌਜ ਨਾਲ ਉਧਰ ਨੂੰ ਤੁਰ ਗਿਆ ਮੱਡੀ ਨਹੀਂ ਖੇਤੀ ਤੂੰ ਕਰੇਗਾ ਹੁਣ ਮੈਂ ਸਾਰੀ ਉਮਰ ਹੀ ਕਰੀ ਜਾਊਂ ਤੂੰ ਕਿਉਂ ਟੱਟਾ ਮੱਲਿਆ ਓਏ ਫਿਰ ਜਦ ਤੂੰ ਕਹਿ ਦੇ ਵੀ ਤੂੰ ਹੀ ਕਰ ਲੈ ਨਾਲ ਤਾਂ ਵਿੱਚ ਫਸ ਕੇ ਖੜ ਜਾਣਾ ਵਿੱਚ ਫਿਰ ਮੈਂ ਹੁਣ ਖੇਤ ਵੀ ਨਾ ਜਾਵਾਂ ਬਾਈ ਮੈਨੂੰ ਤਾਂ ਜਰਦੀ ਨਹੀਂ ਐਡਾ ਟਰੈਕਟਰ ਖੜਾ ਟੋਲਾ ਖੜਾ ਪਾ ਕੇ ਵਿੱਚ ਮੜ ਜਾ ਤੂੰ ਕਰਦੇ ਹੱਥ ਨੂੰ ਸਾਰੇ ਬਾਹਣ ਤੇ ਕਿੱਡੀ ਗੱਲ ਹੈ ਨਾਲੇ ਇੱਕ ਤਾਂ ਪਟਾ ਯਾਰ ਸਾਰੇ ਚ ਕਿਹੜਾ ਆ ਜਾਂਦਾ ਹੈ ਬੌਲਾ ਹੈ ਹਾਂ ਬਾਈ ਅੱਗੇ ਮੇਰੀ ਗੱਲ ਸੁਣ ਲੈ ਇਹਨੂੰ ਨਾਲ ਲੈ ਕੇ ਜਾਇਆ ਕਰ ਬਾਈ ਕੱਟੇ ਬੱਚੇ ਖਰੀਦਣ ਵਾਸਤੇ ਕੋਈ ਚੱਜ ਦੇ ਕੰਮ ਲੈ ਕੇ ਜਾਇਆ ਕਰ ਮੈਂ ਆਪ ਜਾਣਾ ਨਾਲ ਇਹ ਕਿਉਂ ਲੈ ਕੇ ਜਾਂਦਾ ਕਿਹੜਾ ਕੁੱਸੜ ਚੱਕ ਕੇ ਲੈ ਕੇ ਜਾਂਦਾ ਸਿਆਣਾ ਬਣਾ ਹੈਗਾ ਇਹ ਕੋਈ ਗੱਲ ਨੀ ਇਹਨਾਂ ਨੂੰ ਪਤਾ ਹੀ ਨੀ ਹੈਗਾ ਕਾਸੇ ਦਾ ਯਾਰ ਦੇਖ ਲੈ ਅਸੀਂ ਤਾਂ ਪਾਗਲ ਤੁਰੇ ਫਿਰਦੇ ਆ ਬੇ ਬਾਈ ਜਾਣੇ ਆ ਪਾਗਲਿਓ ਤੁਹਾਨੂੰ ਕੀ ਪਤਾ ਕਹਾਂ ਮੇਲੇ ਲੱਗਣ ਲੱਗ ਜਾਣਗੇ ਡੰਗਰਾਂ ਦੇ ਮੈਂ ਬਣ ਜੂ ਪੱਕਾ ਵਪਾਰੀ ਆਏ ਸਾਲ ਫੀਡ ਦੇਖੀ ਮਣਾ ਮੂਹਿਆ ਕਰੂ ਆਪਣੇ ਕੋਲੇ ਮੇਰੀ ਗੱਲ ਕਰੂ ਮੇਰੀ ਤਾਂ ਸੁਣ ਲੈ ਬੇੜੀ ਬੈਠੀ ਵਾਲਿਆ ਕੋਈ ਕਲਕੱਤੇ ਦਾ ਵਪਾਰੀ ਤੈਨੂੰ ਲੈ ਚੜਾ ਕੇ ਮੈਂ ਇੱਥੇ ਰੰਡੀ ਮਰ ਜੂ ਕੀ ਕਰੂ ਵੀ ਬੰਦੇ ਵੀ ਚੜ ਜਾਂਦੇ ਹੁੰਦੇ ਨੇ ਬੰਦੇ ਭਾਗੇ ਕਲਕੱਤੇ ਆਈ ਹਾਂ ਲੋਕਾਂ ਨੇ ਇਹਨੂੰ ਚਲ ਜਾਣਗੇ ਬਈ ਇਹਨਾਂ ਨੇ ਸਾਹਬ ਨਹੀਂ ਹੈਗਾ ਨਾਲੇ ਪਹਿਲਾਂ ਕਿੰਨੇ ਕੁ ਨੂੰ ਸਨਮਾਨ ਤਾਂ ਓਏ ਆਕਲੀ ਘੱਟ ਹੈ ਇਹਨੂੰ ਯਾਰ ਤੁਹਾਨੂੰ ਪਤਾ ਨਹੀਂ ਬਰਾ ਇਹ ਕੰਪਨੀ ਵਾਲੇ ਫੀਡਾਂ ਵੀ ਆਪ ਦੇ ਕੇ ਜਾਂਦੇ ਨੇ ਡੰਗਰ ਨੀ ਸਾਹਮਣੇ ਨਾਲੇ ਆਏ ਨੀ ਪਤਾ ਆਏ ਸਾਲ ਮੋਹਰਾ ਝੋਟੀ ਮੈਨੂੰ ਨਿਆਮ ਚੀ ਦੇ ਦੇਖ ਮੇਰੀ ਲਾਦ ਗਾਹਾਂ ਨੀ ਮੈਨੂੰ ਬਦਲ ਦਿੰਦੀ ਸੂਪੀ ਕਿੰਨਾ ਲਾ ਗਏ ਕੋਈ ਨਾ ਫਿਰ ਜੇ ਨਹੀਂ ਲਾ ਕੇ ਆਉਣੇ ਆ ਐ ਕੀ ਮਰ ਗਏ ਅਸੀਂ ਆ ਜਾਵਾਂਗੇ ਕੋਈ ਨਾ ਚਾਹ ਪੀ ਕੇ ਆਉਣੇ ਆ ਚਾਹ ਪੀ ਕੇ ਚੱਲ ਐ ਕਰ ਇਹਨੂੰ ਤਾਂ ਹੁਣ ਕੰਮ ਐ ਬਿੰਦਰ ਦਾ ਰੇਪੂ ਕਰੀ ਰੇਪੂ ਤੂੰ ਕਰੀ ਰਹੀ ਮੈਂ ਆਉਣਾ ਫਿਰ ਮੈਂ ਖੁਦ ਆਉਣਾ ਹਾਂ ਹੋਰ ਤੂੰ ਭੱਗ ਜਾ ਹਾਂ ਆਉਣਾ ਤੂੰ ਸੁਣ ਲਿਆ ਕਰ ਕਿਸੇ ਦੀ ਗੱਲ ਕੋਲੀ ਰਹੀ ਨਾੜੂਆ ਨਾ ਖਿੱਚਦੇ ਡੰਗਰ ਹਾਂ ਨਾੜੂਆ ਨਾ ਖਿੱਚਦੇ ਕਦੇ ਕੱਟੂਗਾ ਚੱਲ ਕੋਈ ਨਾ ਫੋਨ ਕੱਟ ਦੇ ਫਿਰ ਉਰੇ ਕਰ ਲੈ ਪਹਿਲਾਂ ਕੋਈ ਗੱਲ ਨਹੀਂ ਆ ਨਾ ਨਾੜੂਆ ਔਖਾ ਹੋ ਜੂ ਹੁਣ ਦੱਸ ਇਹਨਾਂ ਦੇ ਬੁੱਝਾਂ ਦੇ ਦਿਮਾਗ 'ਚ ਮੈਂ ਕਿਵੇਂ ਵੜਾਂ ਇਹਦਾ ਜਿੱਦੇ ਮੇਰੀ ਮਹਿਲ ਪੈ ਗਿਆ ਮੇਰਾ ਕੋਠੀ ਪੈ ਗਈ ਫਿਰ ਮੱਚਣਗੇ ਬਸ ਕਰ ਜਾ ਅੱਗੇ ਦੇਖੇ ਨੇ ਕੋਠੀਆਂ ਮੇਰੇ ਸਾਹਿਬ ਜੇ ਵਪਾਰ ਕਰਦਾ 2 ਰੁਪਏ ਬਚਾ ਕੇ ਲਿਆਉਣਾ ਮੇਰੀ ਗੱਲ ਸੁਣ ਇਹ ਕਹਿੰਦਾ ਮਹਿਲ ਪੈ ਜੂ ਸਾਰੀ ਉਮਰ ਲੰਘੀ ਤੇਰੀ ਇਹ ਕੰਮ 'ਚ ਪਹਿਲਾਂ ਵਾਲਾ ਮਹਿਲ ਤੇਰਾ ਕਿੱਥੇ ਗਿਆ ਓਏ ਐ ਨਹੀਂ ਪੁੱਤ ਹੁੰਦੇ ਕੰਮ ਇਹ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਬਿੰਦਰਾ ਚੱਲ ਤੂੰ ਸਿਆਣਾ ਮੈਂ ਜਾਣਾ ਦੇਖ ਤੂੰ ਭਈਆ ਕਿੱਥੇ ਆ ਸਿਆਣਾ ਕਿੱਥੇ ਆ ਬੇ ਤਾਂ ਘਾਟੇ ਦੀ ਦੁਕਾਨ ਆ ਅੱਜ ਤੱਕ ਘਾਟੇ ਪਵਾਏ ਨੇ ਵਾਦਾ ਤਾਂ ਕੋਈ ਦੇਖਿਆ ਨਹੀਂ ਤੇ ਤੁਸੀਂ ਹੁੰਦਾ ਕਦੇ ਘਾਟਾ ਪਵਾਤਾ ਤੈਨੂੰ ਬਾਈ ਦਾ ਚੁੱਪ ਕਰਕੇ 10-15 ਸ਼ੇਰ ਦਾ ਲਿਆਉਣਾ ਹਫਤੇ ਦਾ ਕੀ ਮਾੜਾ ਸਾਨੂੰ ਨਹੀਂ ਲੋੜ ਵੀ ਰਹੇ ਜੇ ਕੰਮ ਦੀ ਟਿੱਕੇ ਬਾਈ ਦਾ ਹੋਰ ਮਾੜਾ ਕੰਮ ਹੈ ਨਾ ਇਹ ਬਹੁਤ ਨਸ਼ੇ ਪੱਤੇ ਵਾਲਾ ਕੰਮ ਆ ਨਾ ਇਹ ਪਹਿਲਾਂ ਕਿੰਨੇ ਕ ਕੰਮ ਪਾਸ ਕਰਤਾ ਜਦੋਂ ਡੈਰੀ ਦਾ ਕੰਮ ਤੋਰਿਆ ਸੀ ਸਾਰੇ ਢੋਲ ਰੋੜਦੇ ਫਿਰਦੇ ਨੇ ਉਹ ਕਰਤਾ ਹੋਣਾ ਨਾਲ ਤਾਂ ਪਾਸ ਤੈਂ ਪਾਸ ਕਰਾਤਾ ਸੀ ਨਾ ਮੇਰੇ ਨਾਲ ਲੱਗ ਕੇ ਵੀ ਮੇਰੇ ਪਿਓ ਨੇ ਕੰਮ ਤੋਰ ਲਿਆ ਹਾਂ ਮੈਂ ਨਾਲ ਲੱਗਾ ਇਹਦੇ ਵੀ 2 ਡੰਗਰ ਵੱਧ ਲਈਏ ਤੈਂ ਬਹੁਤ ਢੋਲ ਧੋਤੇ ਨੇ ਨਾ ਸ਼ਰਮ ਦਾ ਘਾਟਾ ਤੈਨੂੰ ਹਜੇ ਬੋਲਣ ਨੂੰ ਮਰਦਾ ਸਾਲਿਆ ਬਿੰਦਰਾ ਓਏ ਓਏ ਤੈਨੂੰ 500 ਫੜਾਇਆ ਸੀ ਤੜਕੇ ਫੜ ਮੈਂ ਸਾਈ ਜੀ ਫੜਾਇਆ ਉਂਝ ਬਣ ਕੀ ਗੱਲ ਆਹੋ ਲੈ ਜਾ ਕੱਲ ਬਣਾ ਕੇ ਆਈ ਹੁਣ ਨਾ ਬਸ ਠੀਕ ਹੈ ਉਹੀ ਹੈ ਆ ਗਿਆ ਮੈਂ ਆ ਗਿਆ ਆ ਜੀ ਮਾਗਰਾ ਬਸ ਮੈਂ ਤਾਂ ਮੱਖਣ ਨੂੰ ਕਹਿ ਦੀ ਚੰਗਾ ਹਾਂ ਆਪਣਾ ਉਹ ਪੁੰਡੀ ਵਾਲੇ ਨੂੰ ਆਹੋ ਕਰ ਲੂ ਫਿਰ ਹਿਸਾਬ ਕਿਤਾਬ ਕਹਿ ਦੂੰ ਮੈਂ ਕਹਿ ਦੂੰ ਕੋਈ ਮਾਂ ਕਿਤੇ ਇਹਨੂੰ ਕਹਿਣਾ ਲੰਮਾ ਪੈ ਜਾਂਦਾ ਅਗਲੇ ਨਾਲ ਫਾਇਦਾ ਨਹੀਂ ਠੀਕ ਆ ਠੀਕ ਆ ਦੇਖ ਲੈ ਕਿੱਡਾ ਸ਼ਹਿਰ ਹੈ 5 ਰੁਪਏ ਨਹੀਂ ਛੱਡਦਾ ਇਹਦੇ ਕੋਲੇ ਹਾਂ ਦੇ ਦਿੰਦਾ ਹੈਗਾ ਉਹ ਚੱਕ ਕੇ 500 ਦਾ ਨੋਟ ਮਿੰਟ ਦੇ ਦਿੰਦਾ ਕੱਢ ਕੇ ਸਾਡਾ ਆਪ ਚ ਹਿਸਾਬ ਕਿਤਾਬ ਹੋਰ ਅਸੀਂ ਕਿਹੜੇ ਇਹਦੇ ਹਾਂ ਉਹ ਛੋਡਾ ਹੈ ਅਸੀਂ ਕਿਸੇ ਦੇ ਹਾਂ ਤੁਹਾਨੂੰ ਕੀ ਲੱਖਣਾ ਹੈ ਤੂੰ ਆਪਦਾ ਲੱਖਣਾ ਮੇਰੀ ਇੱਕ ਗੱਲ ਸੁਣ ਲੈ ਹੈ ਖਰੀਦ ਲੈ ਵੇਚ ਲੈ ਜੇ ਘਾਟਾ ਪੈ ਗਿਆ ਮੈਂ ਘਰੋਂ 2 ਰੁਪਏ ਨਹੀਂ ਦੇਣੇ ਫਿਰ ਜਾਈ ਵਿਆਜ ਭਰਦਾ ਆਪਦੇ ਆਪੇ ਪਹਿਲਾਂ ਤਾਂ ਕਿੰਨੇ ਕ ਚੈੱਕ ਕੱਟ ਕੇ ਦੇਤੇ ਮੈਨੂੰ ਕਿੱਥੋਂ ਦੇਣੇ ਕੱਟ ਕੇ ਕਬੀਲਦਾਰ ਤਾਂ ਪੂਰੀ ਨਹੀਂ ਹੁੰਦੀ ਆ ਨਵਾਂ ਸਿਆਪਾ ਹੋਰ ਛੇੜ ਲਿਆ ਵਪਾਰ ਦਾ ਬੀਬੀ ਮੇਰੀ ਗੱਲ ਸੁਣ ਲੈ ਇਹ ਨਹੀਂ ਆਪਣੀ ਗੱਲ ਮੰਨਦਾ ਜਿਹੜਾ ਕਿਸੇ ਨੇ ਕਰਨਾ ਤਾਂ ਕਰੂਗਾ ਐਡਾ ਪੁੱਠਾ ਬੰਦਾ ਹੈ ਹੋਰ ਮੈਂ ਤਾਂ ਆਪ ਹੀ ਪੁੱਠਾ ਬਹੁਤ ਪੁੱਠਾ ਕੰਮ ਕਰਦਾ ਨਾ ਮੈਂ ਪੁੱਠੇ ਦਾ ਕਰਦਾ ਜਾ ਦੇ ਨਾ ਪਕਾਈ ਮਾਰੇ ਕਰ ਮੇਰੇ ਮੂਰੇ ਸਾਲਾ ਤੂੰ ਕੀ ਕਰਦਾ ਓਏ ਆ ਦੇਖ ਲੈ ਪੈਰ ਨਾ ਮੰਜੇ ਤੋੜਦਾ ਕਰਾ ਲੈ ਲੜਾਈ ਲੜਾਈ ਦਾ ਘਰ ਹੈ ਤਾਂ ਪੈਰ ਰੰਦਾ ਬਿੱਡਾਂ ਤੇ ਮੇਰਾ ਸਾਲਾ ਸਾਤੋਂ ਦਾ ਸਬੂਤ ਦਿੱਤੇ ਨਹੀਂ ਜਾਂਦੇ ਆਪਦੇ ਕੰਮਾਂ ਦੇ ਤੂੰ ਲੱਗ ਗਿਆ ਮੇਰੇ ਮੂਰੇ ਬੋਲਣ ਮੈਂ ਰੱਖਦਾ ਪੋਲ ਤੇਰੇ ਨਾਲ ਚੁੱਪ ਕਰ ਜਾ ਵੀਰ ਤੂੰ ਚੁੱਪ ਕਰ ਜਾ ਮੇਰੀ ਜਿਹੀ ਜ਼ਬਾਨ ਹੈ ਅੰਦਰ ਲੈ ਜਾ ਹਾਂ ਤੇਰੀ ਨਹੀਂ ਗਿੱਠ ਦੀ ਜ਼ਬਾਨ ਜਿਹੇ ਜੇ ਮਾਂ ਕਰ ਲੈ ਮੇਰੇ ਸਾਲਿਆਂ ਦੇ ਉਹੀ ਜੀ ਆਪ ਹੁਣ ਦੇਖ ਲੈ ਕਿਵੇਂ ਟਲਿਆ ਵੀ ਜੁੱਤੀ ਨਾਲ ਲੋਟ ਆਉਂਦੇ ਨੇ ਮਾਂ ਪੁੱਤ ਤੂੰ ਵੀ ਆਹ ਗਾਉਣ ਦੀ ਰੌਲਾ ਜਿਹਾ ਪਾ ਰੱਖਿਆ ਦੀ ਆ
ਤੂੰ ਕਿਹੜਾ ਦੇਖਣਾ ਉੱਠ ਕੇ ਤੂੰ ਤਾਂ ਸਾਰਾ ਦਿਨ ਉੱਥੇ ਮੋਬਾਈਲ ਦੇਖੀ ਜਾਂਦਾ ਅੰਦਰ ਪਿਆ ਬਾਹਰ ਵੀ ਦੇਖ ਲਿਆ ਕਰ ਵੀ ਕਿਉਂ ਆਏ ਉਹ ਮਾਂ ਚੱਲ ਬੁੜੀਆਂ ਹੋਣੀਆਂ ਤੇਰੇ ਕੋਲੇ ਆ ਤਾਂ ਜਾਂਦੀਆਂ ਨੇ ਮਾਸੀ ਹੋਰੀ ਵਰਗੀਆਂ ਮਾਂ ਕਿਤੇ ਉਹ ਰੌਲਾ ਪਾਉਂਦੀਆਂ ਹੋਣਗੀਆਂ ਕਾਹਨੂੰ ਦੀਆਂ ਕਾਹਨੂੰ ਤੇ ਉਹ ਵਪਾਰੀ ਆਏ ਤੇਗੇ ਹੁਣ ਮੱਦੀ ਹੋਰੀ ਹਾਂ ਕੀ ਕਹਿੰਦੇ ਫਿਰ ਉਹ ਕਹਿੰਦੇ ਝੋਟੀ ਪਕਾਉ ਮਾਂ ਪਕਾਉ ਹੈ ਹਾਂ ਫਿਰ ਮੈਂ 40 ਮੰਗਿਆ ਤੇ ਇਹਨਾਂ ਤੋਂ ਆਪ ਕਿੰਨੇ ਲਾ ਗਏ ਉਹ ਉਹ ਤਾਂ ਕਹਿੰਦਾ 25 ਤੋਂ ਵੱਧ ਨਹੀਂ ਹੈਗੀ ਲੈ ਦੇਖ ਬੰਦੇ ਵਾਲੀਆਂ ਗੱਲਾਂ ਹੁੰਦੀਆਂ ਉਹ ਕਿਹੜੇ ਨੇ ਵਪਾਰੀ ਮੰਮੀਆਂ ਯਾਰ ਹਾਂ 40,000 ਦੀ ਝੋਟੀ ਆਪਾਂ ਹੁਣ 25,000 ਚ ਦੇਵਾਂਗੇ ਤਾਂ ਹੀ ਤਾਂ ਮੈਂ ਦਿੱਤੀ ਨਹੀਂ ਹੈਗੀ ਮੈਂ ਮੇਰੇ ਤਾਂ ਘਰੇ ਲੜਾਈ ਹੋ ਜੂ ਭਾਈ ਅਸੀਂ 40 ਤੋਂ ਘੱਟ ਦਿੰਦੇ ਇਹੋ ਜਿਹਾ ਮੇਰਾ ਪਿਓ ਉਹਨਾਂ ਨੂੰ ਭੇਜਦਾ ਮੈਂ ਤਾਂ ਅੱਜ ਤੱਕ ਉਹਨਾਂ ਦਾ ਕਦੇ ਸੌਦਾ ਕੋਈ ਪੂਰ ਚੜਿਆ ਨਹੀਂ ਦੇਖਿਆ ਮੈਨੂੰ ਤਾਂ ਆਪੋ ਠੱਗੇ ਲੱਗਦੇ ਮੈਂ ਤਾਂ ਕਿਹਾ ਸੀ ਮੈਂ ਤੁਸੀਂ ਕਿਹੜੀ ਲਵੋਗੇ ਪਕਾਈ ਕਰਾ ਮਾਰ ਜਾਣੇਗੇ ਤੜਕੀ ਡੱਕ ਲੈਂਦੇ ਨੇ ਗੋਲੀਆਂ ਨਾਲ ਉਹ ਤਾਂ ਇੰਚਾ ਦਾ ਹੀਲਾ ਕਰਦੇ ਫਿਰਦੇ ਨੇ ਵੀ ਕਦੇ ਕਿਤੇ ਖੜ ਜਾਗੇ ਕਦੇ ਕਿਤੇ ਖੜ ਜਾਗੇ 25 ਇਹ ਜਿਹੜੇ ਮੈਂ ਵਸੇ ਆਉਣੇ ਸਿੰਘ ਹੋ ਰਹੇ ਨੇ ਕੋਈ ਨਾ ਮੇਰੇ ਪਿਓ ਨੂੰ ਆਉਣ ਦੇ ਉਹਦੇ ਨਾਲ ਕਰਦਾ ਵੀ ਜੇ ਵਪਾਰੀ ਲਾਉਣ ਨੂੰ ਜੱਜ ਦੇ ਲਿਆ ਮੈਂ ਤਾਂ ਕਿਹਾ ਸੀ ਮੈਂ 2 ਸਾਲ ਮੈਂ ਹੋਰ ਸੰਭ ਲੂੰ ਇੱਥੇ ਹੋਰ ਸੰਭ ਲਈ ਮੈਂ 1 ਲੱਖ ਰੁਪਏ ਤੋਂ ਘੱਟ ਉਹ ਵੀ ਤਾਂ ਗੱਲ ਡੰਗਰ ਵਿਕੇ ਨਾ ਵਿਕੇ ਇਹ ਜੇ ਚੋਰੀ ਜ਼ਰੂਰ ਕਰਾ ਦੇਣਗੇ ਇਹ ਤਾਂ ਹੁਣ ਪੱਕੇ ਗਿੱਜ ਗਏ ਤੜਕੇ ਹੱਥ ਨੇ ਆਇਆ ਕਰਨਗੇ ਤੇਰੇ ਲਵੇ ਚਾਹ ਦੇ ਟਾਈਮ ਆਇਆ ਕਰਨਗੇ 10 ਵਜੇ ਚਾਹ ਦੇ ਪੀਣ ਆਇਆ ਕਰਨਗੇ ਮੈਂ ਇਸ ਵਿਕੇ ਨਾਮ ਵਿਕੇ ਤਦ ਮੈਨੂੰ ਚੌਲ ਬਣਾ ਕੇ ਦੇ ਉਹਨੂੰ ਭੁੱਖ ਜੀ ਲੱਗ ਰਹੀ ਆ ਭੁੱਖ ਲੱਗ ਰਹੀ ਬਾਹਰ ਨਿਕਲ ਕੇ ਦੇਖਦਾ ਕਰੂ ਵੀ ਕੌਣ ਆਇਆ ਆ ਜਾ ਤੂੰ